ਮਾਜ ਮਹੱਲਾ ਪੰਜਵਾ ਇੱਥੇ ਤੂੰ ਹੈ ਆਗੈ ਆਪੇ ਜੀਵ ਜੰਤਰ ਸਭ ਤੇਰੇ ਥਾਪੇ ਇੱਥੇ ਐੜੇ ਨੂੰ ਵੀ ਦਲਾਈਆਂ ਥੱਥੇ ਨੂੰ ਵੀ ਦਲਾਈਆਂ ਇਸ ਕਰਕੇ ਇੱਥੇ ਇੱਥੇ ਹੁੰਦਾ ਇਸ ਲੋਕ ਵਿੱਚ ਵੀ ਤੁਸੀਂ ਉਹ ਰੱਖ ਕਿਉਂ ਅੱਗੇ ਪਰਲੋਕ ਵਿੱਚ ਵੀ ਤੂੰ ਹੈ ਇੱਥੇ ਤੂੰ ਹੈ ਆਗੈ ਆਪੇ ਅੱਗੇ ਪਰਲੋਕ ਵਿੱਚ ਵੀ ਤੂੰ ਹੀ ਸਾਡੀ ਸਹਾਇਤਾ ਕਰਨ ਵਾਲਾ ਇੱਥੇ ਵੀ ਤੂੰ ਹੀ ਮਾਲਕ ਆ ਉੱਥੇ ਵੀ ਤੂੰ ਹੀ ਮਾਲਕ ਜਿਵੇਂ ਮਾਤਾ ਸੋ ਸੁਲੱਖਣੀ ਬੀਬੀ ਸੁਲੱਖਣੀ ਨੇ ਕਿਹਾ ਛੇਵੇਂ ਪਾਤਸ਼ਾਹ ਨੂੰ ਇੱਥੇ ਵੀ ਤੁਸੀਂ ਲਿਖਣਾ ਉੱਥੇ ਵੀ ਤੁਸੀਂ ਲਿਖਣਾ ਇਵੇਂ ਦਸਵੇਂ ਪਾਤਸ਼ਾਹ ਵੇਲੇ ਵੀ ਬਿਲਕੁਲ ਰਲਦੀ ਮਿਲਦੀ ਸਾਖੀ ਦਸਵੇਂ ਪਾਤਸ਼ਾਹ ਜੀ ਦਮਦਮਾ ਸਾਹਿਬ ਤੋਂ ਸਾਬੋ ਕੇ ਤਲਵੰਡੀ ਤੋਂ ਜਾਂ ਨਿਕਲਣ ਲੱਗੇ ਸ਼ਿਕਾਰ ਪੰਜਾਹ ਕੁ ਸਿੰਘ ਨਾਲ ਸੀ ਉੱਥੇ ਵੀ ਮਾਈ ਇਸੇ ਇਲਾਕੇ ਦੀ ਚੱਬੇ ਦੇ ਰਹਿਣ ਵਾਲੀ ਉੱਥੇ ਵੀ ਉਹਨੇ ਇਹੀ ਬਚਨ ਕੀਤਾ ਕਿ ਮਹਾਰਾਜ ਆ ਲਓ ਕਲਮ ਦਵਾਤ ਕਾਗਜ਼ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜਿਵੇਂ ਛੇਵੇਂ ਰੂਪ ਚ ਮਾਈ ਬਖਸ਼ੀ ਸੁਲੱਖਣੀ ਮੇਰਾ ਨਾਂ ਵੀ ਸੁਲੱਖਣੀ ਹੈ ਮੈਂ ਵੀ ਚੱਬੇ ਦੇ ਹੀ ਰਹਿਣ ਵਾਲੀ ਹਾਂ ਮਹਾਰਾਜ ਹੱਸ ਕੇ ਕਹਿੰਦੇ ਲੈ ਤੂੰ ਵੀ ਫਿਰ ਪੁੱਤਰ ਲੈ ਲੈ ਉੱਥੇ ਵੀ ਉਹੀ ਸਾਰਾ ਕੌਤਕ ਵਰਤਿਆ ਘੋੜੇ ਨੇ ਕੁਦਰਤੀ ਪੈਰ ਹਿਲਾਇਆ ਤੇ ਸੱਤ ਪੁੱਤਰਾਂ ਦੀ ਦਾਤ ਉੱਥੇ ਮਿਲ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਤੂੰ ਹੈ ਆਗੈ ਆਪੇ ਇਹ ਤਾਂ ਸਾਨੂੰ ਬੇਫਿਕਰੀ ਹੋ ਗਈ ਚਲੋ ਵੀ ਇੱਥੇ ਵੀ ਤੁਸੀਂ ਹੋ ਅੱਗੇ ਵੀ ਤੁਸੀਂ ਮੌਜ ਹੈ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਤੇ ਸੱਚਖੰਡ ਵਿੱਚ ਵੀ ਪ੍ਰਕਾਸ਼ ਹੈ ਇਹ ਨਹੀਂ ਕਿ ਇੱਥੇ ਗੁਰੂ ਹੋਰ ਹੈ ਉੱਥੇ ਜਾ ਕੇ ਹੋਰ ਹੈ ਫਿਰ ਸਾਨੂੰ ਉਲਝਣ ਚ ਪਾ ਦਿਓ ਕਿਤੇ ਸਭ ਕੁਛ ਇੱਕੋ ਹੀ ਹੋ ਤੁਸੀਂ ਤਿੰਨਾਂ ਲੋਕਾਂ ਵਿੱਚ ਵਿਆਪਕ ਬੈਠੇ ਹੋ ਜਿੰਨੇ ਕੁ ਜੀਵ ਜੰਤ ਨੇ ਸਾਰੇ ਤੁਹਾਡੇ ਹੀ ਬਣਾਏ ਹੋਏ ਟਿਕਾਏ ਹੋਏ ਆ ਜੀਵ ਜੰਤਰ ਸਭ ਤੇਰੇ ਥਾਪੇ ਤੁਧ ਬਿਨੇ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਓ ਇਹ ਕਰਤਾ ਪੁਰਖ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਹੋਰ ਤਾਂ ਕੋਈ ਦਿਸਦਾ ਨਹੀਂ ਹੈ ਕਿਤੇ ਵੀ ਕੋਈ ਕੁਛ ਹੈ ਰੱਬ ਕੋਈ ਹੋਰ ਮੈਂ ਤਾਂ ਆਪ ਜੀ ਦੀ ਓਟ ਧਾਰਨ ਕੀਤੀ ਹੋਈ ਮਨ ਦੇ ਅੰਦਰ ਇਹ ਵੀ ਬੜੀ ਬੇਫਿਕਰੀ ਹੈ ਕਿ ਤੁਹਾਡੀ ਇਹ ਬੜੀ ਮੌਜ ਹੈ ਹੋਰ ਕਿਸੇ ਨੂੰ ਯਾਦ ਕਰਾਂਗੇ ਉਹ ਕਹਿੰਦੇ ਮੈਂ ਆਉਣਾ ਉਹਨੇ ਹਲੇ ਆਉਣਾ ਹੈ ਤੁਸੀਂ ਪਹਿਲਾਂ ਹੀ ਆਏ ਖੜੇ ਹੋ ਤੁਹਾਨੂੰ ਤਾਂ ਸਿਰਫ ਯਾਦ ਕਰਕੇ ਬੇਨਤੀ ਕਰਨੀ ਉੱਥੇ ਤਤਕਾਲ ਹੀ ਕੰਮ ਹੋ ਜਾਂਦਾ ਆਪਣੇ ਸੇਵਕ ਕੀ ਆਪੇ ਰਾਖਾ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੜਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਤੁਸੀਂ ਆਪਣੇ ਸੇਵਕਾਂ ਦੇ ਕਾਰਜ ਤਤਕਾਲ ਹੀ ਕਰ ਦਿੰਦੇ ਹੋ ਰਸਨਾ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਮੈਂ ਤਾਂ ਮਹਾਰਾਜ ਜੀ ਬਸ ਆਪਣੀ ਜਿਹੜੀ ਤੁਸੀਂ ਬਖਸ਼ਿਸ਼ ਕੀਤੀ ਹੈ ਮੈਨੂੰ ਜੀਵ ਇਹਦੇ ਨਾਲ ਜਪ ਜਪ ਕੇ ਤੁਹਾਨੂੰ ਮੈਂ ਜਿਉਂ ਹੀ ਜਾਂਦਾ ਕਿਉਂ ਮੈਨੂੰ ਤੁਸੀਂ ਇਉਂ ਤੁਹਾਨੂੰ ਮੈਂ ਜਪਦਾ ਜੇ ਸੱਚੀ ਗੱਲ ਖਾਨੇ 'ਚ ਪੈ ਜਾਏ ਬੰਦੇ ਦੇ ਦਿਮਾਗ 'ਚ ਵੀ ਸਰੀਰ ਕਿਹਨੇ ਦਿੱਤਾ ਜਿਹਦਾ ਤਨ ਮਨ ਧਨ ਸਾਰਾ ਉਸੇ ਦਾ ਹੀ ਹੈ ਬ੍ਰਹਿਮੰਡ ਵਿੱਚ ਤਾਰੇ ਚੰਦਰਮਾ ਧਰਤੀ ਪਾਣੀਆਂ ਸਭ ਉਹਦਾ ਹੀ ਹੈ ਆਹ ਦੁਨੀਆਂ ਵੀ ਸਾਰੀ ਉਹਦੀ ਹੋਈ ਹੈ 84 ਲੱਖ ਜੂਨ ਵੀ ਉਹਦੀ ਹੋਈ ਹੈ ਫਿਰ ਦੂਜਾ ਹੈ ਕਿਹੜਾ ਜਿਹਨੂੰ ਆਪਾਂ ਜਪਣ ਨੂੰ ਤੁਰਦੇ ਹਾਂ ਕਹਿੰਦੇ ਮੈਂ ਤਾਂ ਸਿਰਫ ਤੁਹਾਡਾ ਨਾਮ ਜਪਦਾ ਮੈਨੂੰ ਤੁਹਾਡਾ ਪਤਾ ਤੁਸੀਂ ਸਭ ਕੁਝ ਦੇ ਹੀ ਜਾਣਾ ਮੈਨੂੰ ਆਪੇ ਉਹ ਇਸ ਕਰਕੇ ਕਿਉਂਕਿ ਤੁਸੀਂ ਅੰਤਰਜਾਮੀ ਹੋ ਮੇਰੇ ਦਿਲ ਦੇ ਅੰਦਰ ਦੇ ਪ੍ਰੇਮ ਨੂੰ ਜਾਣਦੇ ਹੋ ਮੇਰੀ ਅਵਸਥਾ ਨੂੰ ਜਾਣਦੇ ਹੋ ਮੇਰੀਆਂ ਲੋੜਾਂ ਨੂੰ ਤੁਸੀਂ ਜਾਣਦੇ ਹੋ ਮੈਨੂੰ ਹਲੇ ਲੋੜ ਹੁੰਦੀ ਜਿਹੜੀ ਚੀਜ਼ ਦੀ ਮੈਂ ਤਾਂ ਹਲੇ ਸੋਚਦਾ ਵੀ ਨਹੀਂ ਉਹ ਚੀਜ਼ ਤੁਸੀਂ ਪਹਿਲਾਂ ਹੀ ਭੇਜੀ ਫਿਰਦੇ ਹੁੰਦੇ ਮੈਨੂੰ ਮੈਂ ਸੋਚਦਾ ਵੀ ਆਹ ਤਾਂ ਮੈਂ ਚਾਹੀਦੀ ਸੀ ਇਹ ਚੀਜ਼ ਆਪੇ ਹੀ ਆ ਗਈ ਮੇਰੇ ਕੋਲ ਮਹਾਰਾਜ ਕਹਿੰਦੇ ਮੈਂ ਮੈਨੂੰ ਪਹਿਲਾਂ ਪਤਾ ਸੀ ਮਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਨਿਆਣੇ ਦਾ ਉਹਨੇ ਕੀ ਖਾਣਾ ਕਦੋਂ ਖਾਣਾ ਪਹਿਲਾਂ ਹੀ ਰੈਡੀ ਕਰ ਰੱਖਦੀ ਸਭ ਕੁਛ ਮਾਂ ਐਸੀ ਚੀਜ਼ ਹੈ ਕਿ ਮਾਂ ਅਤੇ ਰੱਬ ਇੱਕੋ ਹੀ ਰੂਪ ਹੁੰਦੇ ਆ ਮਾਂ ਜਿਹੜੀ ਆ ਉਹ ਪਹਿਲਾਂ ਹੀ ਦੇਖ ਹੁਣ ਸਰਦੀ ਅੱਜ ਮੀਂਹ ਪੈ ਗਿਆ ਅੱਜ ਨਿਆਣੇ ਨੂੰ ਠੰਡਣ ਲੱਗ ਜੇ ਪਤਾ ਨਹੀਂ ਉਹਨੇ ਰੱਬ ਨੇ ਉਹਦੇ ਅੰਦਰ ਕੀ ਇਹੋ ਜਿਹੀ ਚੀਜ਼ ਪਾਈ ਹੈ
ਵੀ ਉਹਨੇ ਇਹੀ ਧਿਆਨ ਰੱਖਣਾ ਬਸ ਪਰਿਵਾਰ ਦਾ ਹੀ, ਕਿਹਨੇ ਕੀ ਖਾਣਾ, ਕਿਹਨੇ ਕੀ ਕਰਨਾ, ਹਰੇਕ ਦਾ ਧਿਆਨ ਰੱਖਣਾ, ਇਹ ਉਹੀ ਹੈ ਜਿਹੜੀ ਸਾਰੇ ਟੱਬਰ ਨੂੰ ਸਾਂਭ ਲੈਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਵੀ ਅੰਤਰਜਾਮੀ, ਉਹ ਸਾਰਿਆਂ ਦੀ ਉਹ ਮਾਂ ਹੈ, ਉਹ ਤਿੰਨਾਂ ਲੋਕਾਂ ਦੀ ਮਾਂ ਵੀ ਹੈ, ਪਿਤਾ ਵੀ ਹੈ, ਸਭ ਪਹਿਲਾਂ ਹੀ ਰੱਖਦਾ ਹਿਸਾਬ ਕਿਤਾਬ, ਕਣਕ ਪਹਿਲਾਂ ਹੀ ਭੇਜ ਦਿੰਦਾ ਸਾਰੇ ਸੰਸਾਰ 'ਚ, ਚੌਲ ਵੀ ਥੋੜ ਨਹੀਂ ਆਉਣ ਦਿੰਦਾ ਕਿਤੇ। ਉਹ ਤਾਂ ਕੀ ਕਹਿਣਾ, ਕਿਸੇ ਨੇ ਜ਼ਿਆਦਾ ਹੀ ਗੁਨਾਹ ਕੀਤੇ ਉਹਨੂੰ ਸਜ਼ਾ ਦੇਣੀ ਵੱਖਰੀ ਗੱਲ ਹੈ ਉਹਦੀ। ਜਿਨ ਸੇਵਿਆ ਤਿਨ ਹੀ ਸੁੱਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਓ। ਜਿਹਨੇ ਆਪ ਜੀ ਦੀ ਸੇਵਾ ਕੀਤੀ ਉਹਨਾਂ ਨੇ ਆਤਮਿਕ ਸੁੱਖ ਪ੍ਰਾਪਤ ਕੀਤਾ, ਹੌਲੀ ਹੌਲੀ ਸੁੱਖ ਮਿਲ ਹੀ ਜਾਂਦਾ ਉਹਦੀ ਕਿਰਪਾ ਨਾਲ। ਉਹ ਆਪਣੇ ਮਨੁੱਖ ਜਿਹੜੀ ਆ ਨਾ ਬਾਜੀ, ਮਨੁੱਖਾ ਜਨਮ ਦੀ ਬਾਜੀ, ਇਹਨੂੰ ਸੰਸਾਰ ਦੇ ਜੂਏ 'ਚ ਹਾਰ ਕੇ ਨਹੀਂ ਜਾਂਦੇ ਰੱਬ ਦੇ ਪਿਆਰੇ, ਜਿੱਤ ਕੇ ਜਾਂਦੇ ਨੇ ਜੇ ਥੋੜ੍ਹਾ ਜਿਹਾ ਟਿਕਾਓ ਰੱਖਣ, ਥੋੜ੍ਹੀ ਜਿਹੀ ਕਾਹਲਪਣਾ ਛੱਡ ਦੇਣ ਮਨ ਦਾ। ਨਾਮ ਅਵਖਦ ਜਿਨ ਜਨ ਤੇਰੈ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਜਿਹੜੇ ਬੰਦੇ ਨੇ, ਜਿਹੜੇ ਤੇਰੇ ਸੇਵਕ ਨੇ, ਉਹਨਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪ ਦਾਰੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਦਵਾਈ ਮਿਲ ਗਈ ਹੈ ਨਾਮ ਦੀ, ਉਹਨਾਂ ਨੇ ਜਨਮਾਂ ਜਨਮਾਂਤਰਾਂ ਦੇ ਅਗਿਆਨ ਆਹੋਮੈ ਇਹ ਜਿੰਨੇ ਵੀ ਰੋਗ ਨੇ ਸਾਰੇ ਗਵਾ ਲਏ, ਸਾਰੇ ਰੋਗ ਨੇ। ਕਿਉਂਕਿ ਪਰਮਾਤਮਾ ਦਾ ਨਾਮ, ਉਹਦਾ ਪ੍ਰਕਾਸ਼ ਐਸਾ, ਇਹ ਸਾਰੇ ਰੋਗਾਂ ਨੂੰ ਕੱਟਣ ਲਈ ਸਮਰੱਥ ਹੈ। ਕੱਟਣ ਨੂੰ ਕੀ ਹੁਣ ਕੱਟ ਸਕਦੇ ਸਾਰਾ ਕੁਛ, ਪਰ ਫਿਰ ਸਾਰਿਆਂ ਨੂੰ ਆਦਤ ਪੈ ਜਾਣੀ, ਫਿਰ ਹਰੇਕ ਹੀ ਪਾਪ ਕਰਕੇ ਹਰੇਕ ਕਹਿ ਦਿਆ ਕਰੂਗਾ, ਆਹ ਕੱਟਿਓ ਜੀ ਮਾੜੇ ਜਿਹੇ ਪਾਪ ਮੇਰੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਣ ਕਈ ਲੋਕ ਜਾਂਦੇ ਲਓ ਜੀ ਮੇਰੇ ਹੁਣ ਨਹਾ ਕੇ ਪਾਪ ਕੱਟੇ ਗਏ, ਫਿਰ ਬਹੁਤ ਕਮਾਵੇ ਹੋਏ ਨਿਸੰਗ, ਫਿਰ ਕਮਾਉਣ ਲੱਗ ਜਾਂਦੇ ਪਾਪ। ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਹੀਂ ਕਰਦੇ। ਮਹਾਰਾਜ ਕਹਿੰਦੇ ਯਾਰ ਪਾਪ ਕੀਤਾ ਤਾਂ ਤੈਨੂੰ ਗੁਨਾਹ ਭੁਗਤਣਾ ਵੀ ਪੈਣਾ, ਤੈਨੂੰ ਪਤਾ ਤਾਂ ਲੱਗੇ ਨਾ ਗੁਨਾਹ ਹੁੰਦਾ ਕੀ ਹੈ, ਤਾਂ ਆ ਜਾਂਦਾ ਗੁਨਾਹ ਕਰਕੇ ਫਿਰ ਕਟਾਉਣ ਲੱਗ ਜਾਂਦਾ, ਐਤੋ ਕੱਲ੍ਹ ਨੂੰ ਫਿਰ ਹੋਰ ਗੁਨਾਹ ਕਰਦੇ ਆ, ਫਿਰ ਤੂੰ ਰੋਜ਼ ਹੀ ਕਿਹਾ ਕਰੇਂਗਾ ਚਲੋ ਹੁਣ ਗੁਨਾਹ ਹੀ ਕਰੀ ਜਾਓ, ਪਾਪ ਕੱਟੀ ਜਾਂਦਾ ਰੱਬ ਆਪੇ, ਏਦਾਂ ਨਹੀਂ ਕਰਦਾ। ਉਹਨੇ ਵੀ ਕਾਨੂੰਨ ਬਣਾ ਤੇ ਵੀ ਜੇ ਕਾਨੂੰਨ ਤੋੜਿਆ ਤਾਂ ਇਹਦਾ ਫਿਰ ਤੈਨੂੰ ਭੁਗਤਣਾ ਵੀ ਪੈਣਾ। ਮਹਾਰਾਜ ਇਹ ਤਾਂ ਬੜਾ ਲੰਬਾ ਟਾਈਮ ਦੇਤਾ, ਕਹਿੰਦੇ ਫਿਰ ਇੰਨਾ ਪਾਠ ਕਰ ਲਾ ਫਿਰ ਛੱਡ ਦਿਆਂਗੇ। ਇਸ ਕਰਕੇ ਉਹਨਾਂ ਨੇ ਕੁਛ ਨਾ ਕੁਛ ਤਾਂ ਬਣਾਇਆ ਹੀ ਹੋਇਆ ਨਾ, ਕੋਈ ਬੰਦਾ ਗਲਤੀ ਕਰਦਾ ਕਾਨੂੰਨ ਹੁੰਦੇ ਨੇ। ਸੋ ਰੇਲਵੇ 'ਚ ਲਿਖਿਆ ਇੰਡੀਆ 'ਚ ਬਈ ਜੇ ਕੋਈ ਬੰਦਾ ਆਹ ਗਲਤੀ ਕਰੂਗਾ 3 ਮਹੀਨੇ ਦੀ ਸਜ਼ਾ, ਜਾਂ 2000 ਰੁਪਏ ਜੁਰਮਾਨਾ, ਜਾਂ ਦੋਨੋਂ ਹੀ, ਇਹ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗਲਤੀ ਕਰੇਗਾ ਸਜ਼ਾ ਵੀ ਭੁਗਤੇਗਾ, ਪਰ ਜੇ ਪਾਠ ਕਰੇਗਾ ਉਹਨੂੰ ਨਰਮ ਕਰ ਦਿਆਂਗੇ। ਪਰ ਇਹ ਨਹੀਂ ਹੁੰਦਾ ਕਿ ਅਸੀਂ ਗੁਨਾਹ ਕੀਤੇ ਹੋਏ ਤੇਰੇ ਨੂੰ ਕਹਿ ਦਈਏ ਚੱਲ ਸਾਡਾ ਲਾਡਲਾ ਪੁੱਤ ਹੈ ਕੋਈ ਨਹੀਂ ਵਿਗਾੜ ਲਈਏ ਤੈਨੂੰ, ਇੱਥੇ ਤਾਂ ਕਰ ਲੇਗਾ ਮਨਮਾਨੀ, ਫਿਰ ਅੱਗੇ ਸੱਚ ਖਾਣ ਵਾਲਿਆਂ ਨੇ ਨਹੀਂ ਵੜਨ ਦੇਣਾ। ਉਹ ਕਹਿੰਦੇ ਇਹ ਜੀਵ ਤਾਂ ਬਹੁਤ ਜ਼ਿਆਦਾ ਗਲਤੀਆਂ ਦਾ ਭਰਿਆ ਪਿਆ। ਇਸ ਕਰਕੇ ਸਤਿਗੁਰੂ ਸਾਨੂੰ ਬਾਰਹ ਮੰਨੀ ਸ਼ੁੱਧ ਕਰਾਇਆ, ਬਾਹੜ ਨਾਹੀਂ ਤਾਈ ਜਾਹੇ, ਪਹਿਲਾਂ ਹੀ ਇੰਨਾ ਸ਼ੁੱਧ ਕਰਦੇ, ਇੰਨਾ ਸ਼ੁੱਧ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੱਚਖੰਡ ਦੇ ਯੋਗ ਬਣਾ ਦਿੰਦੇ ਨੇ। ਉੱਥੇ ਜਾਣਾ ਬਹੁਤ ਔਖਾ, ਉੱਥੇ ਸਤਿਗੁਰੂ ਆਪ ਯੋਗ ਬਣਾਉਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਦਵਾਈ ਦੇਤੀ ਮਹਾਰਾਜ ਨੇ। ਹੁਣ ਮਹਾਰਾਜ ਇਹ ਦਵਾਈ ਹੈ ਕਿਹੜੀ, ਅਸੀਂ ਕਿੱਥੋਂ ਲਈਏ? ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਇਹ ਕਾਰੀ ਨਾਮ ਹੈ ਹੀ ਦਵਾਈ ਦਾ। ਭਾਈ ਕਹਿੰਦੇ ਦਿਨ ਰਾਤ ਕੀਰਤਨ ਜਿਹੜਾ ਨਾ ਜਸ ਨੂੰ ਗਾਉਣਾ ਕਰੋ, ਕੀਰਤਨ ਕਰੋ, ਇਹ ਕਾਰ ਸਭ ਤੋਂ ਸਫਲ ਹੈ, ਵੱਡੀ ਕਾਰ ਇਹ ਦਵਾਈ ਹੈ ਤੁਹਾਡੀ। ਇਸੇ ਦਵਾਈ ਨੂੰ ਜਪਣਾ ਕਰੋ, ਜਿਵੇਂ ਅੰਦਰ ਨੂੰ ਲਿਜਾਂਦੇ ਹਾਂ ਇਸ ਤਰ੍ਹਾਂ ਵਾਹਿਗੁਰੂ ਮੰਤਰ ਅੰਦਰ ਨੂੰ ਲੈ ਜਾਓ, ਵਾਹਿਗੁਰੂ 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 ਜਪਦਿਆਂ। ਉਹ ਦੇਰ ਤਾਂ ਲੱਗ ਜਾਂਦੀ ਕਿਉਂਕਿ ਆਪਣਾ ਮਨ ਬਾਣੀ ਸਰੀਰ ਕਰਕੇ ਸਿਮਰਨ ਨਹੀਂ ਕਰਦੇ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕੀਤਾ ਫਿਰ ਮਨ ਨਾਲ ਨਹੀਂ ਕੀਤਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਹੋਰ ਵੀ ਬਹੁਤ ਕੁਝ ਦੇਖਣਾ ਹੁੰਦਾ, ਸ਼ਰਧਾ ਭਾਵਨਾ ਕਿੰਨੀ ਕੁ ਹੈ, ਅਤੇ ਜੇ ਅੰਦਰ ਅੰਦਰ ਕਰੀ ਜਾਵੇ
ਵੀ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ, ਫਿਰ ਵੀ ਲੇਟ ਹੋ ਜਾਂਦਾ ਕੰਮ। ਇਸ ਕਰਕੇ ਸਤਿਗੁਰੂ ਕਹਿੰਦੇ ਸਾਰਿਆਂ ਤੋਂ ਵਧੀਆ ਸਫਲ ਕਾਰ ਹੈ ਕੀਰਤਨ ਕਰੋ, ਉਹਦੀ ਉਹ ਪਰਮਾਤਮਾ ਦਾ ਜਸ ਕਰੋ। ਕੋਈ ਕੀਰਤਨ ਹੁਣ ਜੇ ਨਹੀਂ ਆਉਂਦਾ ਮਹਾਰਾਜ, ਸਾਨੂੰ ਕਿਹੜਾ ਬਾਜੇ ਜੋੜੀਆਂ ਆਉਂਦੀਆਂ, ਕੀਰਤਨ ਨਹੀਂ ਆਉਂਦਾ ਸੀ। ਸਤਿਗੁਰੂ ਕਹਿੰਦੇ ਮੈਂ ਤੈਨੂੰ ਕਿਹਾ ਬਾਜੇ ਜੋੜੀਆਂ ਨੂੰ, ਸ਼ਬਦ ਗਾ, ਬਸ ਗਾਈ ਜਾ, ਜਪਜੀ ਸਾਹਿਬ ਗਾ ਕੇ ਪੜ੍ਹ ਲਾ, ਜਾਪ ਸਾਹਿਬ ਗਾਇਨ ਕਰ ਲਾ, ਰਹਿ ਰਾਸ ਗਾ ਰਹਾ ਰਹਾ ਕੇ ਪੜ੍ਹ ਲਾ। ਗਾਉਣ ਦਾ ਮਤਲਬ ਹੁੰਦਾ ਆਸ, ਜੇ ਗਾਵਾਂਗੇ ਤਾਂ ਹੌਲੀ ਹੋ ਜਾਵਾਂਗੇ ਆਪੇ, ਜੇ ਪੜ੍ਹਾਂਗੇ ਤਾਂ ਤੇਜ਼ ਪੜ੍ਹਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਤੈਨੂੰ ਤੇਰਾ ਇਲਾਜ ਹੀ ਬਾਣੀ ਤੇਜ਼ ਪੜ੍ਹਾਉਣਾ, ਤੈਨੂੰ ਹੌਲੀ ਬਾਣੀ ਪੜ੍ਹਾਉਣ ਦਾ ਤਰੀਕਾ ਹੀ ਇਹ ਕਿ ਗਾ ਕੇ ਪੜ੍ਹ, ਜੇ ਗਾਏਗਾ ਤਾਂ ਆਪੇ ਹੌਲੀ ਪੜ੍ਹੇਗਾ, ਜੇ ਹੌਲੀ ਪੜ੍ਹੇਗਾ ਤਾਂ ਕੰਨਾਂ 'ਚ ਜਾਊਗੀ, ਜੇ ਕੰਨਾਂ 'ਚ ਜਾਊਗੀ ਤਾਂ ਸੁਣੇਗਾ, ਉਹਦੀ ਫਿਰ ਵਿਚਾਰ ਵੀ ਕਰੇਗਾ। ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ, ਘੱਟ ਘੱਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਆਪਣੇ ਦਾਸ ਨੂੰ ਕਹਿੰਦੇ ਆਪ ਹੀ ਸਵਾਰ ਲਿਆ ਜੀ, ਆਪਣੀ ਮਿਹਰ ਆਪ ਹੀ ਕਰ ਦਿੱਤੀ ਹੈ, ਅਸੀਂ ਕਿੱਥੇ ਸਵਰਨ ਜੋਗੇ ਸੀ, ਸਾਡੇ ਤਾਂ ਔਗਣ ਰੋਮ ਰੋਮ ਤਾਂ ਔਗਣ ਮਹਾਰਾਜ ਭਰੇ ਪਏ ਨੇ ਅਸੀਂ, ਇਹ ਤਾਂ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਹੀ ਮਿਹਰ ਕਰਤੀ ਸਾਡੇ ਤੇ, ਸਵਾਰ ਲਿਆ। ਉਹ ਦਾਸ ਨੇ ਸਭ ਹਿਰਦਿਆਂ ਹਿਰਦਿਆਂ ਚ ਸਾਰਿਆਂ ਦੇ ਵਿੱਚ ਅੰਦਰ ਪਾਰ ਬ੍ਰਹਮ ਨੂੰ ਪੂਰਨ ਰੂਪ ਜਾਣ ਕੇ ਫਿਰ ਮੱਥਾ ਟੇਕ ਦਿੱਤਾ ਸਾਰਿਆਂ ਨੂੰ ਹੀ। ਉਹ ਹਰੇਕ ਚ ਪਰਮਾਤਮਾ ਨੂੰ ਦੇਖੀ ਜਾਂਦੇ ਨੇ, ਹਰੇਕ ਚ ਦੇਖੀ ਜਾਂਦੇ ਨੇ। ਆਓ ਜੀ ਦੀਨ ਦਿਆਲ ਜੀ, ਜਿਵੇਂ ਕੋਈ ਮਹਾਂਪੁਰਖ ਸੀ, ਉਹ ਹਰੇਕ ਨੂੰ ਹੀ ਆਓ ਜੀ ਦੀਨ ਦਿਆਲ ਜੀ ਆਓ ਜੀ। ਬਾਬੇ ਅਜੀਤ ਸਿੰਘ ਨਥਮਲਪੁਰ ਵਾਲੇ, ਉਹ ਹਰੇਕ ਨੂੰ ਆਓ ਠਾਕੁਰ ਜੀ ਆਓ ਠਾਕੁਰ ਜੀ। ਉਹ ਕਹਿੰਦੇ ਹੈ ਹੀ ਸਾਰਿਆਂ ਚ ਬੈਠਾ ਆਪ ਹੀ ਹੈ, ਉਹ ਦੂਜਾ ਨਜ਼ਰ ਹੀ ਨਹੀਂ ਸੀ ਆਉਂਦਾ ਉਹਨਾਂ ਨੂੰ। ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਅੰਦਰ ਦੇਖ ਕੇ, ਹੁਣ ਲੋਕ ਸਮਝਦੇ ਖਨੀ ਦਰਖਤ ਨੂੰ ਮੱਥਾ ਟੇਕਦਾ, ਲੋਕ ਸਮਝਦੇ ਸਰੀਰ ਨੂੰ ਮੱਥਾ ਟੇਕਦਾ, ਲੋਕ ਸਮਝਦੇ ਉਹਨੂੰ ਟੇਕਦਾ, ਉਹਨੂੰ ਪਤਾ ਕਿ ਉਹ ਤਾਂ ਜੋਤ ਨੂੰ ਮੱਥਾ ਟੇਕਦਾ, ਉਹ ਤਾਂ ਸਾਰਿਆਂ ਅੰਦਰ ਹੀ, ਉਹ ਜਿਹਨੂੰ ਦੇਖਦਾ ਉਹਨੂੰ ਹੀ ਮੱਥਾ ਟੇਕਣ ਲੱਗ ਜਾਂਦਾ, ਇਹਨੂੰ ਕੀ ਹੋਇਆ, ਉਹ ਇਹ ਬੰਦੇ ਨੂੰ ਨਹੀਂ ਟੇਕਦਾ। ਨਾਮਦੇਵ ਜੀ ਜਾਂ ਉਹ ਕੁੱਤੇ ਦੇ ਮਗਰ ਲੈ ਕੇ ਦੌੜੇ ਕੁੱਜਾ ਘਿਓ ਵਾਲਾ, ਉਹ ਮਹਾਰਾਜ ਠਹਿਰ ਜਾਓ, ਰੋਟੀ ਖੁਸ਼ਕ ਹੈ ਜੀ, ਘਿਓ ਲਾ ਕੇ ਛਕਿਓ। ਲੋਕ ਆਖਣ ਨਾਮਦੇਵ ਤੇ ਮਸਤਾਨਾ ਹੋ ਗਿਆ, ਕਮਲਾ ਹੋ ਗਿਆ। ਭਗਤ ਨਾਮਦੇਵ ਨੂੰ ਤਾਂ ਸਾਰਿਆਂ ਚ ਦੇਖ, ਉਹ ਤਾਂ ਸਰਕੰਡਾ ਵੱਢਣ ਗਏ ਤਾਂ ਉਹਨੂੰ ਮੱਥਾ ਟੇਕਣ ਲੱਗ ਗਈ, ਇਹਦੇ ਵਿੱਚ ਜੋਤ ਹੈ, ਹੁਣ ਦਿਖਦੀ ਸੀ ਉਹ ਹਰੇਕ ਜੀ ਨੂੰ ਹੀ। ਉਹ ਜੇ ਸਾਰਿਆਂ ਚ ਦਿਖਦੀ ਉਹ ਕਿੱਧਰ ਨੂੰ ਨਾ ਹੱਥ ਜੋੜਨ। ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੂਜਾ, ਨਜ਼ਰ ਹੀ ਨਹੀਂ ਆਉਂਦਾ ਉਹਨਾਂ ਨੂੰ, ਇੱਕ ਸਵਿਣ ਹੋਰ ਦੂਜਾ ਨਾਹੀਂ। ਬਾਬਾ ਨਾਨਕ ਇਹ ਮਤ ਸਾਰੀ ਜੀਓ, ਬਾਬਾ ਨਾਨਕ ਧੰਨ ਗੁਰੂ ਨਾਨਕ ਦੇਵ ਨੇ ਇਹ ਸਭ ਸਿੱਖਿਆ ਸਾਰੀ ਤੋਂ ਭਾਵ ਉਚਾਰਨਾ ਕੀਤੀ ਹੈ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਜਗਤ 'ਚ ਹੋਰ ਦੂਜਾ ਹੈ ਹੀ ਨਹੀਂ, ਪਰ ਉੱਥੇ ਤੱਕ ਬਿਰਤੀ ਲੈ ਕੇ ਜਾਣੀ ਪੈਂਦੀ ਅਭਿਆਸ ਕਰਕੇ।